हेलो। हाँ जी भाई, ये है बुलट, बुलट मारदा झटके जिहदे नवे बुलट नेगे BS6। झूटियां की प्रॉब्लम आ जाए जिवें बरसात का हुण मौसम हुंदा गा ना, आपां तो उत्तों भैया पानी पूनी लग जांदा गा, झटके लग जांदा मारने की प्रॉब्लम। अज्ज तुहानूं दस्सांगे वी कातों किवें मारदा बाई सिद्धू मूसेवाले का। फैन है ते देखो चाबी च वी छल्ला बाई सिद्धू मूसेवाले का। ते लो करदे आं आपां इहदी प्रॉब्लम दूर, ते तुहानूं दस्सदे आं वी प्रॉब्लम कित्थे आई ने। इक तां आपां इहदे कारबेटर की सफाई करांगे, दूसरा नंबर जिहड़ी आ मैगनेट कवैलां दे विच्चों लीड जांदे आ सॉफ्ट सू, ਇਹ ਵੀ ਸਾਫ਼ ਕਰਾਂਗੇ। ਹੈ ਨਾ, ਫਿਰ ਦੇਖਦੇ ਹਾਂ ਚਲਾ ਕੇ ਅਤੇ ਤੁਹਾਨੂੰ ਸਟਾਰਟ ਕਰਕੇ ਦਿਖਾਉਂਦੇ ਹਾਂ ਅਤੇ ਪ੍ਰੋਬਲਮ ਕੀ ਕਰਦਾ ਹੈ, ਹਜ ਕੇ ਕਿਵੇਂ ਮਾਰਦਾ। ਇਸ ਰੂਟ ਜੇ ਕਰੀ ਜਾਂਦਾ ਅਤੇ ਖੋਲ੍ਹਦੇ ਹਾਂ ਆਪਾਂ ਕਾਰਬੋਰੇਟਰ ਅਤੇ ਕਰਦੇ ਹਾਂ ਆਪਾਂ ਸਫਾਈ ਸ਼ੁਰੂ। ਅਤੇ ਚੈਨਲ ਨੂੰ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਅੱਗੇ ਸ਼ੇਅਰ ਵੀ ਕਰ ਦਿਓ। ਤੁਹਾਨੂੰ ਪਤਾ ਆਪਾਂ ਇਹੋ ਜਿਹੇ ਫਾਲਟਾਂ ਦੀਆਂ ਬੁਲਟਾਂ ਦੀਆਂ ਵੀਡੀਓ ਪਾਉਂਦੇ ਰਹਿੰਦੇ ਹਾਂਗੇ। ਅਤੇ ਮਿਲਦੇ ਹਾਂ ਫਿਰ ਆਪਾਂ ਅੱਗੇ ਬਾਈ। ਠੀਕ ਹੈ ਜੀ, ਆਪਾਂ ਖੋਲ੍ਹ ਖਲਾਈਆ ਕਰ ਲਈਏ ਅਤੇ ਕਰਦੇ ਹਾਂ ਪੇਸ ਤੁਹਾਡੇ ਸਾਹਮਣੇ। ਚਾਹਲ ਸਾਹਿਬ ਬਾਈ, ਆਪਾਂ ਵੀ ਫੈਨ ਹਾਂ ਸਿੱਧੂ ਬਾਈ ਦੇ। ਮੋਬਾਈਲ ਦੇ ਪਿੱਛੇ ਵੀ ਆਪਣੀ ਫੋਟੋ ਲਾਈ ਹੋਈ ਹੈ ਬਾਈ ਦੀ, ਗੱਡੀ 'ਤੇ ਫੋਟੋ ਹੈ। ਅਤੇ ਆਪਾਂ ਵੀ ਫੈਨ ਹਾਂ ਬਾਈ ਦੇ, ਗਾਣੇ ਵਧੀਆ ਸੁਣਦੇ ਹਾਂ। ਅਤੇ ਜਿਹੜੇ ਮੇਰੇ ਵੀਰਾਂ ਲਵੇ ਬੁਲਟ ਰੱਖੇ ਹੋਏ ਨੇ BS6, ਉਹਨਾਂ ਦੀ ਵੀਡੀਓ ਇਹ ਬਹੁਤ ਕੰਮ ਆਉਣ ਵਾਲੀ ਹੈ, ਅਤੇ ਦੇਖਿਓ ਧਿਆਨ ਨਾਲ। ਦਸ ਨੰਬਰ ਚਾਬੀ ਲੈ ਕੇ ਲਿਆਉਣਾ। ਇਹ ਵੀ ਆਪਾਂ ਟੈਂਕੀ ਵੀ ਲਾਹਾਂਗੇ, ਟੈਂਕੀ ਲਾ ਕੇ ਪਲੱਗ ਸੌਖਾ ਖੁੱਲ੍ਹ ਜਾਣਾ, ਪਲੱਗ ਵੀ ਸਾਫ਼ ਕਰਾਂਗੇ ਆਪਾਂ ਇਹ ਦੋਨੇ। ਠੀਕ ਹੈ, ਠੀਕ ਹੈ ਜੀ। ਨਾਲੇ ਟੈਂਕੀ ਨੂੰ ਵੀ ਸਾਫ਼ ਸਫਾਈ ਕਰ ਦਾਂਗੇ, ਵਿੱਚ ਪਾਣੀ ਪੂਣੀ ਹੋਇਆ ਨਾਲ ਤਾਂ ਉਹ ਸਾਫ਼ ਕਰ ਦਾਂਗੇ। ਅਤੇ ਪਹਿਲਾਂ ਆਪਾਂ ਕਾਰਬੇਟਰ ਸਾਫ਼ ਕਰ ਦਈਏ। ਕਾਰਬੇਟਰ ਸਾਫ਼ ਕਰਕੇ ਜਿੰਨੇ ਇਹਦੇ ਸਾਊਟਾਂ ਸ਼ੂ ਨੇ ਸਾਰੇ, ਨਾਲੇ ਉਹ ਸਾਊਟ ਸਾਰੇ ਸਾਫ਼ ਕਰਾਂਗੇ। ਅਤੇ ਇੱਕ ਹੋਰ ਵੀ ਦਿੰਦਾ ਆਪਾਂ, ਜ਼ਿਆਦਾ ਪਾਣੀ ਵਿੱਚ ਲੰਘੇ ਇਹਦੇ ਵਿੱਚ ਫਿਲਟਰ ਹੁੰਦਾ, ਉਹ ਭੇਜੀਏ। ਉਹਦੇ ਨਾਲ ਵੀ ਇਹ ਪ੍ਰੋਬਲਮ ਆ ਜਾਂਦੀ, ਸਲਾਈਡ ਤੋਂ ਆਪਾਂ ਸਾਫ਼ ਨਹੀਂ ਕਰਾਉਂਦੇ ਨਾ, ਸਲਾਈਡ ਕਿਵੇਂ ਵੱਢੀਗੀ, ਕੀ ਹਾਲਾਤ ਹੋ ਜਾਂਦੇ। ਹੁਣ ਕਾਰਬੇਟਰ ਮਹਿੰਗਾ ਬਹੁਤ ਹੋ ਗਿਆ, 3300 ਰੁਪਏ ਦਾ ਕਾਰਬੇਟਰ ਹੈ, ਇਹਨੂੰ ਟਾਈਮ ਨਾਲ ਸਾਫ਼ ਸਫਾਈ ਕਰਾ ਲਿਆ ਕਰੋ। ਅਤੇ ਜਦੋਂ ਆਪਾਂ ਟਾਈਮ 'ਤੇ ਇਹਦੀ ਸਰਵਿਸ ਨਹੀਂ ਕਰਾਉਂਦੇ ਉਦੋਂ ਫਿਰ ਆਪਣਾ ਨੁਕਸਾਨ ਹੁੰਦਾ ਹੀ ਹੁੰਦਾ ਹੈਗਾ। ਰੇਤਾ ਚੱਲਿਆ ਜਾਂਦਾ ਵਿੱਚ, ਰੇਤਾ ਇਹਨੂੰ ਵੱਢੀ ਜਾਂਦਾ ਹੌਲੀ ਹੌਲੀ ਵਿੱਚ ਸਲਾਈਡ ਨੂੰ, ਦੇਖ ਵਿੱਚ ਕੀ ਕੁਛ ਹੈ ਗੰਦ ਮੰਦ ਜਿਹਾ। ਆਹ ਬਾਲ ਨੂੰ ਬੋਝ ਕੇ ਇੱਥੇ ਧਰ ਲਾ, ਆ ਗਿਆ ਤਾਂ ਮੇਨ ਜੈਕਟ। ਇਹ ਬੰਦ ਹੋਇਆ ਪਿਆ ਜੈਕਟ, ਚੰਗਾਲ ਆਇਆ ਪਿਆ ਜੈਕਟ। ਇਹਦੇ ਵਿੱਚ ਖੋਲ੍ਹਦੇ ਆਪਾਂ ਸਲੋ ਜੈਕਟ, ਮਿਕਸਚਰ ਇਹਨੂੰ ਪਹਿਲਾਂ ਗਿਣ ਲਏ। ਜੇ ਨਾ ਪਤਾ ਹੋਵੇ ਕੋਈ ਤਾਂ ਮੋਟਰਸਾਈਕਲ BS6 ਚਾਰ ਚੂੜੀਆਂ ਲੈਂਦਾ, ਕੋਈ 4.25, ਕੋਈ 4.5, ਪੰਜ ਵੀ ਲੈ ਲੈਂਦੇ। ਇਹਦੀਆਂ ਗਿਣ ਕੇ ਦਿਖਾਉਂਦੇ ਤੁਹਾਨੂੰ ਕਿੰਨੇ ਇਹਨਾਂ ਦੇ, 1.5, 2.5, 3, 3.5, 4, 4.5। ਠੀਕ ਹੈ, ਕਹਿੰਦੇ ਕੋਈ BS6 ਦੇ 4.5 ਚੂੜੀ ਹੁੰਦੀ ਹੈ, 4.25, 5। ਇਹਦੇ ਵਿੱਚ ਇੱਕ ਸਪਰਿੰਗ ਨਿਕਲੂਗਾ, ਇੱਕ ਨਿੱਕੀ ਜਿਹੀ ਵਾਸ਼ਲ ਹੁੰਦੀ ਹੈ ਅਤੇ ਇੱਕ ਰਾਬੜ ਰਿੰਗ। ਰਾਬੜ ਰਿੰਗ ਤਾਂ ਬਰੀਕ ਵਾਸਲ ਵਿੱਚ ਹੀ ਹੈ, ਅਤੇ ਸਾਨੂੰ ਪੈਟਰੋਲ ਦੀ ਲੋੜ ਪਊ, ਪੈਟਰੋਲ ਦੀ ਕੁੱਪੀ ਭਰੋ ਟੈਂਕ 'ਚ, ਇਹਦੇ 'ਚੋਂ ਪੈਟਰੋਲ ਨਾਲ ਸਾਫ਼ ਸਫਾਈ ਕਰਾਂਗੇ।
ਸਾਗੀ ਭਰਨਾ। ਤੂੰ ਐਂ ਕਰ, ਹਾਂ ਜੀ ਤੂੰ ਟੈਂਕੀ ਲਾ ਲੈ ਜੀ, ਲਾਉਣਾ ਜੀ 14 ਨੰਬਰ ਕੋਟੀ ਲੈ ਲੈ, ਰਾੜ ਵਾਲਾ ਟੈਂਕੀ ਖੋਲ ਲੈ, ਮੈਂ ਕਾਰਬੇਟਰ ਦੀ ਸਫਾਈ ਕਰਦਾ ਇਹਨੇ, ਅਤੇ ਇਹਨੂੰ ਫੀਟਿੰਗ ਹੁੰਦੀ ਦਿਖਾ ਪਾ ਲਾਂਗੇ ਆਪਾਂ ਵਿੱਚ, ਠੀਕ ਹੈ ਜੀ। ਹਾਂ ਜਦੋਂ ਫੀਟਿੰਗ ਕਰਾਂਗੇ ਉਦੋਂ ਚਲਾ ਲਈ ਕੈਮਰਾ, ਕਰ ਲਾ ਬੰਦਾ ਮੈਂ ਲਾ ਲੈ ਟੈਂਕੀ, ਖੋਲ ਲੇ ਕਾਬਲੇ, ਹਾਂ ਪੋਚ ਕੇ ਜੇ ਕੱਢ ਲੈ, ਲਾ ਲਾ ਮੈਂ ਬਾਡੀ ਅਤੇ ਕਾਰਬੇਟਰ ਦੀ ਸਾਫ਼ ਕਰਤੀ, ਅਤੇ ਆਹ ਕਰਦੇ ਸਾਫ਼ ਸਲੈਟ ਵਗੈਰਾ, ਅਤੇ ਕਿੰਨਾ ਗੰਦ ਮੰਦ ਜਿਹਾ ਦੇਖ ਲਈ ਜਾਂਦਾ ਹੈਗਾ, ਪਾਣੀ ਵੀ ਦੀ ਰੌਂ ਸੀ ਵੀ ਹੈਗੀ ਹੈ ਵਿੱਚ। ਇਹਦਾ ਇੱਕ ਪ੍ਰੋਬਲਮ ਹੋਰ ਵੀ ਲਿਖ ਲਿਆ ਬਿੰਦਰ ਇਹਦੇ ਵਿੱਚ, ਕਾਰਬੇਟਰ ਤਾਂ ਦੇਖ ਹੋ ਗਿਆ ਸਾਫ਼ ਸਫਾਈ ਐਨ ਬਣ ਗਈ, ਗੱਲ ਓਕੇ ਠੀਕ ਹੈ, ਸਾਰਾ ਸਮਾਨ ਸਾਫ਼ ਹੋ ਗਿਆ, ਆਹ ਦੇਖ ਇੱਧਰ ਤੇੜ ਇਹਦੇ ਵਿੱਚ, ਹਾਂ ਜੀ ਦੇਖ ਰਹੀ ਆ, ਹੈ ਨਾ ਕਿੰਨੀ ਤੇੜ ਹੈ, ਅਤੇ ਦੂਸਰਾ ਨੰਬਰ ਆ ਜਾ ਸਲਾਈਡ ਖਤਮ ਹੋ ਗਈ ਵੀ ਸਾਰੀ, ਕਾਰਬੇਟਰ ਦੀ ਕਿੰਨੀ ਸਲਾਈਡ ਕੱਟ ਗਈ, ਹੁਣ ਐਂ ਕਰੋ ਆਪਣੇ ਲਵੇ ਉਹ ਉੱਥੇ ਫੱਟੀ ਦੇ ਕਾਰਬੇਟਰ ਪਏ ਨੇ, ਹਾਂ ਜੀ ਉਹ ਪਏ ਨੇ, ਉਹਨਾਂ ਵਿੱਚੋਂ ਕੋਈ ਧੱਕਣ ਜਾ ਲਿਆ, ਠੀਕ ਹੈ ਜੀ ਸਲਾਈਡ ਦੇਖੀ ਕਹਿੰਦੇ ਧਾਪ ਘਟੀ ਪਈ ਹੈ, ਪਰ ਉਹਦੇ ਨੂੰ ਘੱਟ ਹੈ, ਇਹ ਸਲਾਈਡ ਜ਼ਿਆਦਾ ਖਤਮ ਹੋਈ ਜਾਂਦੀ, ਆਹ ਘੱਟ ਹੈ, ਇਹ ਕਾਰਬੇਟਰੀ ਚੇਂਜ ਕਰਨਾ, ਉਹ ਇਕੱਲੀ ਸਲਾਈਡ ਪਾਇਆ ਤਾਂ ਜਾਂਦੀ ਹੈ, ਕਿਉਂ ਬਾਡੀ ਉਹਨੂੰ ਵਿੱਚੋਂ ਫਿਰ ਵੜ ਦੂੰਗੀ, ਆਪਾਂ ਦੱਸ ਦਾਂਗੇ ਬਾਈ ਨੂੰ ਵੀ, ਤਾਂ ਹੁਣ ਆਪਾਂ ਮੋਬਾਇਲ ਲਾ ਕੇ ਵਧੀਆ ਚੰਗੀ ਤਰ੍ਹਾਂ ਉਹ ਕਰਕੇ ਪਾ ਦਾਂਗੇ ਵੀ, ਆਹ ਤੇਰੀ ਢੱਕਣ ਜੇ ਦੀ ਵੀ ਪ੍ਰੋਬਲਮ ਸੀ, ਚਲੋ ਢੱਕਣ ਦਾ ਹੱਲ ਤਾਂ ਆਪਾਂ ਨੇ ਕਰਤਾ, ਠੀਕ ਹੈ ਠੀਕ ਹੈ ਜੀ। ਪਲੱਗ ਵੀ ਬੋਲਦੇ ਆ ਧੋਨੇ, ਪਲੱਗ ਤਾਂ ਠੀਕ ਨਿਕਲ ਲੱਗਦੀ, ਚਾਬੀ ਵਿੱਚ ਹੀ ਪਈ ਰਹਿਣਗੇ, ਚਲੋ ਫੋਨ ਕਰ ਦੂੰ ਮੈਂ ਤਿਆਰ ਕਰਕੇ, ਆ ਬੁਲਟ ਦਾ ਕੰਮ ਕਰਦੇ ਆ, ਬੁਲਟ ਤੋਂ ਬਾਅਦ ਤੋਂ, ਹਾਂ 6:30 ਵਜੇ ਤਾਂ ਤਿਆਰ ਹੋ ਜੂਗਾ, ਹਾਲ ਤਾਂ 1:30 ਵਜੇ 1:15 ਹੋਇਆ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਕਰਦਾ ਚਲਾ ਲਾਂਗੇ ਚਲਾ ਲਾਂਗੇ, ਮੀਟਰ ਵੀ ਚੱਲੂ, ਹਾਰਨ ਵੀ ਚੱਲੂ, ਸਾਰਾ ਕੁਛ ਚਲਾਊਗਾ, ਸਣੇ ਮੋਟਰਸਾਈਕਲ ਵੀ ਭੱਜੂ, ਪੈਟਰੋਲ ਕੱਢਦਾ ਕਿ ਮੰਗਲਾਇਲ, ਕੋਈ ਨਾ ਕਰ ਦਾਂਗੇ ਚੈੱਕ, ਉਹ ਫਰੂਟ ਨੇਟਰ ਜੇ ਚੋਂ ਲੱਗ ਜਾਂਦਾ ਕੱਢਣ, ਕਈ ਗੇਲ ਫਰੂਟ ਨੇਟਰ ਚੋਂ ਲੱਗ ਜਾਂਦਾ ਕਰਨਾ, ਕੋਈ ਨਾ ਚੈਨ ਤਾਂ ਤੂੰ ਕਸਾ ਕੇ ਲਗਾਇਆ ਥੋੜ੍ਹਾ ਜਿਹਾ ਦਿਨ ਹੋ ਗਏ, ਤੇਰੇ ਨਾਲ ਦਾ ਉਹਦਾ ਵੀ ਕੰਮ ਕਰਨਾ ਸੀ, ਮਿੱਟੂ ਮਿਸਤਰੀ ਵਾਲੇ ਦਾ, ਹਰੇ ਤੇਰੇ ਨੂੰ ਉਦੋਂ ਵੀ ਟਾਈਮ ਲੱਗਿਆ ਹੈਗਾ, ਆ ਹੁਣ ਇੰਜਨ ਬੰਨ ਗਿਆ ਤੇ ਜਿਹਦੀ ਸਪਲੈਂਡਰ ਬੋਲਦਾ ਹੁਣ ਕਰਕੇ ਫੋਨ ਵੀ ਆ ਰਹਿੰਦਾ, ਹੈ ਮੈਨੂੰ ਨੰਬਰ ਹੀ ਕਹਿੰਦੇ ਕਿੰਨਾ ਨੰਬਰ ਪਤਾ ਹੈਗਾ ਜੀ, ਠੀਕ ਹੈ ਮੈਨੂੰ ਇਹ ਨਹੀਂ ਪਤਾ ਕਿੰਨਾ ਨੰਬਰ, ਠੀਕ ਹੈ ਕੋਈ ਨਾ ਅਸੀਂ ਕਰ ਦਾਂਗੇ ਤੈਨੂੰ ਫੋਨ, ਕੋਈ ਗੱਲ ਨਹੀਂ ਬਾਈ,
ਚਾਬੀ ਇੱਥੇ ਟੰਗ ਦੇ ਹਾਂ ਤਾਂ ਟੰਗ ਦੇ ਇੱਧਰ 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 ਉੱਥੇ ਉੱਥੇ ਤਾਰ ਵਾਇਰਿੰਗ ਟੰਗੀ ਹੋ ਜਾਂਦੇ ਬੁਲਟ ਦੀ ਆਹ ਤਾਰਾਂ ਆਈਆਂ ਟੰਗੀਆਂ ਬਸ ਠੀਕ ਹੈ ਠੀਕ ਠੀਕ ਸਾਫ ਹੋ ਗਏ ਨਾ ਜੇ ਗਰੀਸ ਭਰ ਕੇ ਲਾਵਾਂਗੇ ਚੰਗੀ ਤਰ੍ਹਾਂ ਚੰਗਾ ਠੀਕ ਹੈ ਜੀ ਕੁਛ ਝਟਕੇ ਤਾਂ ਇਹਦੇ ਕਾਰਨ ਵੀ ਲੱਗ ਜਾਂਦਾ ਮਾਰਨਾ ਇੱਥੋਂ ਸਿੰਬਲਾਂ ਸਪਾਰਕ ਦੀ ਜਾਂਦੀਆਂ ਨੇਗੀਆਂ ਅਤੇ ਆਹ ਨਾ ਅਤੇ ਕਿੰਨਾ ਜਗਾਲ ਜਿਹਾ ਲਿਖ ਲੈਣ ਲੈ ਉੱਧਰਲੇ ਪਾਸੇ ਦੀ ਆ ਮਾੜਾ ਉੱਧਰੋਂ ਵੀ ਸਾਫ਼ ਕਰਕੇ ਆਈਏ ਆ ਗਿਆ ਦੇਖ ਆ ਦੇਖ ਹੋਰ ਦੱਸਦਾ ਤੈਨੂੰ ਹਾਂਜੀ ਲੈਂਟਰੀ ਦਾ ਕਵਰ ਖੋਲ੍ਹ ਕੇ ਠੀਕ ਹੈ ਹਾਂਜੀ ਲੈਂਟਰੀ ਦੇ ਜਿਹੜੇ ਮੇਨ ਨਟ ਹੁੰਦੇ ਨੇ ਉਹ ਵੀ ਚੈੱਕ ਕਰ ਲਈ ਬਾਈ ਦੀ ਦੋਨੇ ਪਾਸੇ ਫੋਟੋ ਆ ਛੱਲੇ ਜੇ ਇੱਧਰ ਵੀ ਇੱਧਰ ਵੀ ਉਹ ਬਾਈ ਸਿੱਧੂ ਮੂਸੇ ਵਾਲਿਆ ਬਾਈ ਸਰਾਈ ਦੀ ਗਾ ਕਾਹਨੂੰ ਕਹਿੰਦਾ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਬੈਂਟਰੀ ਵੀ ਤੇਜ਼ਾਬ ਵਾਲੀ ਧਰੀ ਖੜੇ ਨੇ ਬੈਂਟਰੀ ਇਹ 'ਚ ਸੁੱਕੀ ਕਾਮਯਾਬ ਹੈ ਤੇਜ਼ਾਬ ਵਾਲੀ ਤਾਂ ਝਟਕੇ ਮਰਵਾਊਗੀ ਮਰਵਾਊਗੀ ਆਹ ਕੀ ਹਾਲਾਤ ਨੇ ਚਲ ਕੋਈ ਗੱਲ ਨਹੀਂ ਪਹਿਲਾਂ ਹੁਣ ਆਪਾਂ ਉੱਧਰੋਂ ਫੀਟ ਸਾਫ਼ ਸਫਾਈ ਜਾਂ ਕਰਕੇ ਉੱਧਰੋਂ ਵੀ ਤਿਆਰੀ ਕਰ ਦਈਏ ਇਹਨੂੰ ਫਿਰ ਚੈੱਕ ਕਰਦੇ ਹਾਂ ਠੀਕ ਹੈ ਨਾਲੇ ਸਾਊਂਡ ਜੇ ਸੁੱਕ ਜਾਣਗੇ ਨੇ ਆਇਆ ਕਾਰਪੇਟਰ ਦੀ ਫੀਟਿੰਗ ਕਰੀਏ ਲੈ ਵੀ ਕਰੀਏ ਫੀਟਿੰਗ ਕਾਰਪੇਟਰ ਦੀ ਹੋਊਗੀ ਸਫਾਈ ਓਕੇ ਦੇਖ ਠੀਕ ਹੈ ਬਣ ਕੇ ਕਰ ਲੈਣ ਸੁੱਕ ਸਮਾਰ ਕੇ ਸਾਰਾ ਐਨ ਓਕੇ ਹੋ ਗਿਆ ਠੀਕ ਹੈ ਠੀਕ ਹੈ ਜੀ ਪਹਿਲਾਂ ਤਾਂ ਚੱਕ ਮੇਨ ਜੈਟ ਦੇਖ ਹੋ ਗਿਆ ਸਾਫ਼ ਐਨ ਓਕੇ ਤੇਲ ਤੂਲ ਜਾਂਦਾ ਵਿਚਦੀ ਐਨ ਹੁਣ ਚੱਕ ਕੇ ਦਾ ਸਲੋ ਜੈਟ ਠੀਕ ਹੈ ਹੁਣ ਚੱਕ ਕੇ ਦਾ ਫੋਟੋ ਲੈਟੋ ਨਾਲ ਲੱਗੂ ਨਟ ਹੁਣ ਲੱਗੂ ਤੇ ਕੱਪ ਕੱਪ ਦੇਖ ਸਾਫ਼ ਹੈ ਚੰਗੀ ਤਰ੍ਹਾਂ ਓਕੇ ਜੀ ਜਮਾ ਨਟ ਨਟ ਤਾਂ ਲਿਆ ਲੱਗਣਗੇ ਵਾਸ਼ ਸਪਰਿੰਗ ਵਾਸ਼ ਵਾਲੇ ਬਾਹਰਾ ਮਿਕਸਚਰ ਰਾਵਟ ਰਿੰਗ ਉੱਤੇ ਬਰੀਕ ਬਾਹਰ ਵਿੱਚੀ ਹੈ ਸਪਰਿੰਗ ਮਿਕਸਚਰ ਮੂੰਹ ਆਇਆ ਸਾਫ਼ ਕਰ ਲੈਣਾ ਮੈਂ ਹੱਥ ਦੇ ਨਾਲ ਦੇ ਉਹਨਾਂ ਪੈਟਰੋਲ ਨੂੰ ਕੁੱਤਾ ਹੋਇਆ ਬਸ ਐਂ ਛੱਡ ਦੇ ਠੀਕ ਹੈ ਮਿਕਸਚਰ ਜਿੰਨਾ ਪਹਿਲਾਂ ਦੀ ਆਪਾਂ ਨੇ ਉਦਾਂ ਹੀ ਰੱਖਣਾ ਹੈ ਪਸ ਕੇ ਉਹਦੇ ਨੀਚੇ ਲੈ ਜਾ ਸਲਾਈਡ
ਰੱਖਣਾ ਕੱਟ, ਠੀਕ ਹੈ। ਅੰਦਰੋਂ ਸਿਲਾਈ ਵੀ ਮੇਰੀ ਸਹੀ ਆ ਆਪਣੀ। ਹੁਣ ਇਹਦੇ 'ਚ ਪਾ ਲਾ ਸਪਰਿੰਗ, ਠੀਕ ਆ। ਹੁਣ ਕਾਰਬੇਟਰ ਫਿੱਟ ਕਰ ਲਈਏ ਆਪਾਂ, ਠੀਕ ਹੈ ਜੀ। ਕਰੰਟ ਚੈੱਕ ਕਰਕੇ ਆਪਾਂ ਫਿਰ ਕਰਦੇ ਹਾਂ ਸਟਾਰਟ, ਠੀਕ ਹੈ। ਠੀਕ ਹੈ ਜੀ। ਗਰੀਸ ਹਾਲਟ ਪਾ ਦੇ, ਮਾੜਾ ਗਰੀਸ ਭਰੀਏ ਕਰਨਾ ਜੀ। ਕਰੰਟ ਦਾ ਠੀਕ ਹੈ, ਕਾਰਬੇਟਰ ਦੀ ਪ੍ਰੋਬਲਮ ਸੀ। ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ। ਅਤੇ ਟੈਂਕੀ ਵੀ ਸਾਫ਼ ਕਰਦੀ ਹੈ ਮਾੜਾ ਮੋਟਾ, ਪਾਣੀ ਦਾ ਵੀ ਚੈੱਕ ਕਰ ਲੈਂਦੇ ਹਾਂ, ਠੀਕ ਹੈ। ਅਲੱਗ ਤਾਂ ਲਾਇਆ ਜਾਂਦਾ, ਉਹ ਬੀਜਾ ਬੜਾ ਸਾਫ਼ ਕਰਦੇ। ਛੱਡ ਕੇ ਤਾਂ ਮਾਰੂਗਾ ਹੀ ਮੋਟਰਸਾਈਕਲ, ਦੇਖੀ ਇਹੋ ਜਿਹਾ ਕੁਛ ਕਾਰਬੇਟਰ 'ਚੋਂ ਕੱਢਿਆ ਆਪਾਂ ਗੰਦ ਬੰਦ, ਦੇਖ ਕਿੰਨਾ ਕਚਰ। ਕਚਰੇ ਦੇਖ ਟੈਂਕੀ ਉਹਦੀ ਬੋਤਲ 'ਚ
दीदे ने किन्नी लिखनी है हजार जी है ना जैटा ज जाके लग जाने बंद हो जाए ताइया मोटरसाइकिल झटके लग जाते है ना पानी का कारण हो फिर भी लग जाता है जे वो साउथ ना साफ करते करंट सिस्टम भी फर्क आ जाए फिर भी झटके जी लग जाता मारने दोनों तिने गल जरूरी करने चाहिए ने कारबेटर साहब पेट्रोल की टैंकी प्लग प्लगों के साउथ बाद हम आप टैंकी फिट करके तो बाद स्टार्ट ही करा ठीक है स्टार्ट करके फिर लें आप ट्राई फिर देख रहे चला के दस दें भी किमें है ठीक है जी चल रहे जी ठीक है जी ठीक है।
ਠੀਕ ਹੈ ਜੀ। ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ, ਜੇ ਤੁਹਾਨੂੰ ਸਾਡਾ ਕੰਮ ਵਧੀਆ ਲੱਗਿਆ ਅੱਗੇ ਸ਼ੇਅਰ ਵੀ ਕਰਿਓ ਅਤੇ ਇਹੋ ਜਿਹੇ ਅਸੀਂ ਫਾਲਟ ਪਾਉਂਦੇ ਰਹਿੰਦੇ ਹਾਂ। ਓਕੇ, ਧੰਨਵਾਦ ਬਾਈ ਜੀ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ।